ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ ਮਾਸਟਰ ਹਰਪਾਲ ਵਿਰਕਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਹਿਯੋਗ ਨਾਲ ਰਣਜੀਤ ਐਵਨਿਊ ਦੇ ਗਰੀਬ ਵਰਗ ਲੋਕਾਂ ਦੇ ਲਈ ਰਾਸ਼ਨ ਦਾ ਇੰਤਜ਼ਾਮ ਕੀਤਾ। ਇਸ ਮੌਕੇ ਤੇ ਮਾਸਟਰ ਹਰਪਾਲ ਵਿਰਕਾ ਨੇ 185 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਮਾਸਟਰ ਹਰਪਾਲ ਵਿਰਕਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਕਾਰਨ ਦੇਸ਼ ਭਰ 'ਚ ਲਾਕਡਾਊਨ ਹੈ। ਜੋ ਲੋਕ ਦਿਨ 'ਚ ਕਮਾ ਕੇ ਸ਼ਾਮ ਨੂੰ ਖਾਣੇ ਦਾ ਪ੍ਰਬੰਧ ਕਰਦੇ ਸਨ, ਅਜਿਹੇ ਲੋਕਾਂ ਦੀ ਚਿੰਤਾ ਦੂਰ ਕਰਨ ਦੇ ਲਈ ਉਹ ਫੀਲਡ 'ਚ ਉਤਰੇ ਹਨ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਬਣੇ ਹੋਏ ਹਾਲਾਤਾਂ ਦੇ ਵਿੱਚ ਉਹਨਾਂ ਨੇ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਨਵਜੋਤ ਸਿੰਘ ਸਿੱਧੂ ਦੇ ਸਹਿਯੋਗ ਨਾਲ ਵੰਡ ਰਹੇ ਹਨ। ਉਹਨਾਂ ਦੀ ਕੋਸ਼ਿਸ਼ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਹਰਪਾਲ ਸਿੰਘ ਵਿਰਕਾ ਨੇ ਦੱਸਿਆ ਕਿ ਪਿਛਲੇ ਦਿਨੀ ਮਨਦੀਪ ਸਿੰਘ ਮੰਨਾ ਦੁਆਰਾ ਉਹਨਾਂ ਦੇ ਇਲਾਕੇ 'ਚ ਆ ਕੇ ਜਾਣ ਬੁੱਝ ਕੇ ਲੋਕਾਂ ਨੂੰ ਭੜਕਾ ਕੇ ਸਾਜ਼ਿਸ਼ ਦੇ ਤਹਿਤ ਰਾਸ਼ਨ ਵੰਡਿਆ ਅਤੇ ਲੋਕਾਂ ਨੂੰ ਉਹਨਾਂ ਦੇ ਖਿਲਾਫ਼ ਭੜਕਾਇਆ ਅਤੇ ਉਹਨਾਂ ਦੀ ਛਵੀ ਖਰਾਬ ਕਰ ਰਹੇ ਹਨ। ਜੇਕਰ ਉਹਨਾਂ ਨੇ ਜ਼ਰੂਰਤਮੰਦ ਪਰਿਵਾਰ ਦੀ ਮਦਦ ਹੀ ਕਰਨੀ ਹੈ ਤਾਂ ਉਹਨਾਂ ਦੇ ਆਪਣੇ ਇਲਾਕੇ 'ਚ ਇੰਨੇ ਗਰੀਬ ਪਰਿਵਾਰ ਹਨ ਕਿ ਉਹ ਆਪਣੇ ਇਲਾਕੇ ਦੇ ਗਰੀਬ ਪਰਿਵਾਰਾਂ ਦੀ ਮਦਦ ਕਰਨ। ਹਰਪਾਲ ਸਿੰਘ ਵੇਰਕਾ, ਇਹ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਸਾਹਮਣੇ ਤੁਸੀਂ ਦੇਖ ਰਹੇ ਜੇ ਮਨਦੀਪ ਸਿੰਘ ਮੰਨਾ ਦਾ ਘਰ ਆ ਅਤੇ ਇਹ ਆਪਣਾ ਏ ਬਲੋਕ ਦੇ ਵਿੱਚ ਅਸੀਂ ਆਏ ਹਾਂ। ਅੱਜ ਇਹ ਜਿਹੜੇ ਗਰੀਬ ਪਰਿਵਾਰ ਆ ਸਾਰੇ ਇੱਥੇ ਲਾਗੇ ਚਾਗੇ ਰਹਿੰਦੇ ਆ, ਇਹਨਾਂ ਨੂੰ ਕੋਈ ਰਾਸ਼ਨ ਨਹੀਂ ਮੁਹੱਈਆ ਕਰਵਾ ਰਿਹਾ ਸੀ ਕੋਈ ਵੀ ਅੱਜ ਤੱਕ। ਜਦੋਂ ਇਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਅਤੇ ਅਸੀਂ ਅੱਜ ਇਹਨਾਂ ਨੂੰ ਇੱਥੇ ਰਾਸ਼ਨ ਦੇਣ ਆਏ ਹਾਂ। ਜਿਹੜਾ ਮਨਦੀਪ ਸਿੰਘ ਮੰਨਾ ਉਹ ਸਿਆਸਤ ਕਰ ਰਿਹਾ ਵਾ, ਸਰਦਾਰ ਨਵਜੋਤ ਸਿੰਘ ਸਿੱਧੂ ਦਾ ਵਾਰ ਵਾਰ ਨਾਂ ਲੈ ਕੇ ਉੱਥੇ ਵੇਰਕੇ ਹਲਕੇ 'ਚ ਆਣ ਕੇ ਭੰਡ ਰਿਹਾ ਵਾ। ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਕੋਲੋਂ 1 ਕਰੋੜ ਤੇ 36 ਲੱਖ ਦਾ ਜਿਹੜਾ ਸਮਾਨ ਆ ਹਲਕਾ ਪੂਰਬੀ ਦੇ ਲੋਕਾਂ ਨੂੰ ਦਿੱਤਾ ਵਾ। ਇਸ ਕਰਕੇ ਮੈਂ ਜਿਹੜੇ ਵੀ ਮੇਰੇ ਭਰਾ ਵਾ ਜਿਹੜੇ ਫੇਸਬੁੱਕ ਆ ਜਾਂ ਵਟਸਐਪ 'ਤੇ ਰਹਿੰਦੇ ਆ, ਉਹ ਮਨਦੀਪ ਸਿੰਘ ਮੰਨਾ ਨੂੰ ਸਿਰਫ ਇੱਕ ਸਵਾਲ ਪੁੱਛਿਓ ਵੀ ਤੈਨੂੰ ਵੇਰਕਾ ਹੀ ਨਜ਼ਰ ਆਉਂਦਾ ਵਾ ਅਤੇ ਸਿੱਧੂ ਸਾਹਿਬ ਹੀ ਰਾਤ ਦਿਨ ਤੈਨੂੰ ਨਜ਼ਰ ਆਉਂਦੇ ਆ ਵੀ ਜਿਹੜਾ ਹੈਗਾ ਵਾ ਇਹ ਬਾਕੀ ਇਲਾਕੇ ਬਾਕੀ MLA ਆ ਹੋਰ ਵੀ ਇਲਾਕਾ ਵਾ ਉੱਥੇ ਕਿਉਂ ਨਹੀਂ ਜਾਣਦੇ, ਉੱਥੇ ਕਿਉਂ ਨਹੀਂ ਲੋਕਾਂ ਦੀ ਸਾਰ ਲੈਂਦੇ ਆ, ਸਿਰਫ ਵੇਰਕੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਵੀ ਇਸ ਕਰਕੇ ਵੀ ਉੱਥੇ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਹਲਕਾ ਵਾ। ਇਹ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਵੀ ਇਹ ਗਰੀਬ ਪਰਿਵਾਰ ਜਿਹੜੇ ਆ ਵੇਖੋ ਇਹ ਇਹਨਾਂ ਨੂੰ ਜੇ ਰਾਸ਼ਨ ਨਹੀਂ ਮਿਲਿਆ ਤਾਂ ਹੀ ਨਿਕਲ ਕੇ ਆਏ ਘਰੋਂ ਬਾਹਰ ਆਪਣੇ, ਇਸ ਕਰਕੇ ਅਸੀਂ ਇਹਨਾਂ ਨੂੰ ਰਾਸ਼ਨ ਮੁਹੱਈਆ ਕਰਾਵਾਂਗੇ ਆਪਣੇ ਕੋਲੋਂ ਜਿੰਨੇ ਵੀ ਪਰਿਵਾਰ ਆ ਅਤੇ ਇਹਨਾਂ ਦੀ ਅਸੀਂ ਸਾਰ ਲਵਾਂਗੇ। ਇਸ ਕਰਕੇ ਜਿਹੜੇ ਵੀ ਉੱਥੇ ਵੇਰਕੇ ਜਾਣ ਕੇ ਆਪਣੀ ਸਿਆਸਤ ਕਰਦੇ ਆ ਉਹਨਾਂ ਨੂੰ ਮਿਹਰਬਾਨੀ ਕਰਕੇ ਮੈਂ ਇਹੋ ਹੀ ਹੱਥ ਜੋੜ ਕੇ ਅਪੀਲ ਕਰਦਾ ਵਾਂ ਵੀ ਆਪਣਾ ਇਲਾਕਾ ਹੀ ਸਾਂਭ ਲਓ ਮੰਨਾ ਜੀ, ਆਪਣਾ ਇਲਾਕਾ ਸਾਂਭੋ ਅਤੇ ਇਹ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰੋ। ਤੁਹਾਡੇ ਕੋਲ ਜਿੰਨਾ ਪੈਸਾ ਆ ਰਿਹਾ ਵਾ ਪਤਾ ਨਹੀਂ ਕਿੱਥੋਂ ਆ ਰਿਹਾ ਵਾ, ਇਸ ਕਰਕੇ ਉਹ ਤੁਸੀਂ ਇਹਨਾਂ ਨੂੰ ਦਿਓ। ਕਦੀ ਤੁਸੀਂ ਪਹਿਲਾਂ ਸਿੱਧੂ ਸਾਹਿਬ ਨੂੰ ਡੈਡੀ ਕਹਿੰਦੇ ਹੁੰਦੇ ਸੋ ਅਤੇ ਮੈਡਮ ਨੂੰ ਮੰਮੀ ਕਹਿੰਦੇ ਹੁੰਦੇ ਸੋ, ਫਿਰ ਤੁਸੀਂ ਕੈਪਟਨ ਸਾਹਿਬ ਨੂੰ ਡੈਡੀ ਕਹਿਣਾ ਚਾਲੂ ਕਰਤਾ, ਫਿਰ ਡੈਡੀ ਦੇ ਬਰਖਿਲਾਫ਼ ਬੋਲਣਾ ਚਾਲੂ ਕਰਤਾ। ਇਹ ਬੜੀ ਮੰਦਭਾਗੀ ਜਿਹੜੀ ਤੁਸੀਂ ਸ਼ਤਾਬਦੀ ਮੂੰਹ 'ਚੋਂ ਜਿਹੜੇ ਸ਼ਬਦ ਕੱਢ ਰਹੇ ਬੜੇ ਮੰਦਭਾਗੇ ਆ, ਤੁਹਾਨੂੰ ਸ਼ੋਭਾ ਨਹੀਂ ਦਿੰਦੇ ਵੀ ਜੇ ਤੁਸੀਂ ਸੇਵਾ ਕਰਨੀ ਆ ਤਾਂ ਕਦੀ ਕਿਸੇ ਦੇ ਵਿਰੁੱਧ ਗੰਦੀ ਸ਼ਤਾਬਦੀ ਨਹੀਂ ਵਰਤਣੀ ਚਾਹੀਦੀ ਜਿਹੜੇ ਭੈੜੇ ਸ਼ਬਦ ਤੁਸੀਂ ਬੋਲ ਰਹੇ ਜੀ। ਇਸ ਕਰਕੇ ਬੋਲਣ ਨੂੰ ਹਰ ਇੱਕ ਬੰਦਾ ਬੋਲ ਸਕਦਾ ਵਾ, ਮੈਂ ਵੀ ਬੋਲ ਸਕਦਾ, ਪਰ ਨਹੀਂ ਅਸੀਂ ਇੱਥੇ 6ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਵਕਤ ਉੱਥੇ ਖਲੋਤੇ ਹਾਂ ਅਤੇ ਤੁਸੀਂ ਵੀ ਜਦੋਂ ਆਉਂਦੇ ਜੇ ਵੇਖ ਕੇ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਧਰਤੀ ਪ੍ਰਾਪਤ ਆ, ਉੱਥੇ ਆਣ ਕੇ ਤੁਸੀਂ ਕਿੰਨਾ ਬਕਵਾਸ ਕਰਦੇ ਜੇ ਕਿੰਨਾ ਭੌਂਕਦੇ ਜੇ, ਇਸ ਕਰਕੇ ਤੁਸੀਂ ਆਪਣੀ ਇਹ ਜਿਹੜੀ ਬਕਵਾਸ ਹੈ ਬੰਦ ਕਰੋ ਕਿਉਂਕਿ ਰੌਲਾ ਪਾਉਣਾ ਸਾਨੂੰ ਵੀ ਆਉਂਦਾ ਵਾ। ਇਸ ਕਰਕੇ ਆਪਣਾ ਇਲਾਕਾ ਸਾਂਭੋ, ਇਹ ਤੁਹਾਡੇ ਇਲਾਕੇ ਦੇ ਬਾਹਰ ਘਰ ਦੇ ਵੇਖੋ ਬਾਹਰ ਕਿੰਨੇ ਲੋਕ ਆਏ ਆ, ਜੇ ਇਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਤਾਂ ਹੀ ਆਏ ਆ, ਜੇ ਤੁਸੀਂ ਇਹਨਾਂ ਨੂੰ ਰਾਸ਼ਨ ਦਿੱਤਾ ਹੁੰਦਾ ਤੇ ਇਹ ਕਿਉਂ ਆਉਂਦੇ। ਇਸ ਕਰਕੇ ਇਹ ਜਿਹੜੀ ਗੰਦੀ ਸਿਆਸਤ ਖੇਡ ਰਹੇ ਜੇ ਤੁਸੀਂ ਸਾਰੇ ਰਲ ਕੇ ਨਾਲ ਅਕਾਲੀ ਦਲ ਨਾਲ ਉਦੋਂ ਤੁਸੀਂ ਵੇਖ ਕੇ ਆਏ, ਤੁਸੀਂ ਸਾਂਝ ਇੱਕ ਦੂਜੇ ਨੂੰ ਪਾ ਕੇ ਇਕੱਠੀ ਆਏ ਜੱਫੀਆਂ ਪਾ ਕੇ ਉੱਥੋਂ ਤੁਰੇ ਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਜੇ। ਇਸ ਕਰਕੇ ਬੇਵਕੂਫ ਬਣਾਉਣਾ ਬੰਦ ਕਰੋ, ਜਿਹੜੀ ਸੇਵਾ ਕਰਨ ਦਾ ਮੌਕਾ ਵਾ ਕੋਈ ਅਕਾਲੀ ਕੋਈ ਕਾਂਗਰਸੀ ਕੋਈ ਆਪ ਕੋਈ BJP ਉਹ ਨਾ ਵੇਖੋ ਤੁਸੀਂ, ਤੇ ਘਰ ਘਰ ਜਿਹੜਾ ਵਾ ਰਾਸ਼ਨ ਜਿਹੜਾ ਵਾ ਇਹਨਾਂ ਲੋਕਾਂ ਨੂੰ ਮੁਹੱਈਆ ਕਰਵਾਓ। ਇਹੋ ਮੇਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੱਸਣਾ ਚਾਹੁੰਦਾ ਹਾਂ ਵੀ ਇਹ ਲੋਕ ਜਿਹੜੇ ਆ ਇਹਨਾਂ ਨੂੰ ਰਾਸ਼ਨ ਦਓ, ਇੱਥੇ ਸਾਡੇ ਵੱਲ ਤੇਲ ਫੂਕਣ ਦੀ ਆਉਣ ਦੀ ਲੋੜ ਨਹੀਂ ਆ। ਉੱਥੇ ਸਿੱਧੂ ਸਾਹਿਬ ਨੇ ਅਸੀਂ ਹਰ ਇੱਕ ਘਰ ਤੁਸੀਂ ਮੇਰੇ ਨਾਲ ਜਾਓ, ਅਸੀਂ ਹਰ ਇੱਕ ਘਰ 10-10 ਕਿਲੋ ਆਟਾ ਅਤੇ ਜੋ ਵੀ ਉੱਥੋਂ ਚੀਜ਼ਾਂ ਆਈਆਂ ਵਾ ਖੰਡ ਦਾਲਾਂ ਸਬਜ਼ੀਆਂ ਅਤੇ ਅਸੀਂ ਉੱਦਣ ਦਾ ਹੀ ਰਾਸ਼ਨ 1000 ਬੰਦੇ ਨੂੰ ਪਕਾ ਕੇ 20 ਦਿਨ ਲਗਾਤਾਰ ਚੱਲਦਾ ਰਿਹਾ, ਉਹ ਵੀ ਘਰੋਂ ਘਰੀ ਪਜਾ ਰਿਹਾ। ਇਸ ਕਰਕੇ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਵਾ ਮੰਨਾ ਜੀ, ਇਹ ਜਿਹੜੀ ਗੰਦੀ ਰਾਜਨੀਤੀ ਆ ਇਹਨੂੰ ਛੱਡੋ ਅਤੇ ਤੁਸੀਂ ਸਿਰਫ ਤੁਸੀਂ ਵੀ ਇੱਕ ਇਹ ਸਿਆਸਤ ਇਲੈਕਸ਼ਨ ਲੜਨ ਵਾਸਤੇ ਸਾਰਾ ਕੁਛ ਕਰ ਰਹੇ ਜੀ।
ਮੈਨੂੰ ਸਾਰਿਆਂ ਨੂੰ ਪਤਾ ਵਾ ਜੋ ਤੁਸੀਂ ਕਰਨਾ ਵਾ ਤੇ ਤੁਸੀਂ ਇਲੈਕਸ਼ਨ ਵੀ ਲੜਨੀ ਆ ਗਾਂ ਇਸ ਕਰਕੇ ਇਹ ਸ਼ਤਾਬਦੀ ਗੰਦੀ ਬੋਲ ਰਹੇ ਜਿਹੜਾ ਉਹਨੂੰ ਬੰਦ ਕਰ ਦਿਓ। ਬਲੰਟ ਟੀਵੀ ਲਈ ਅੰਮ੍ਰਿਤਸਰ ਤੋਂ ਕ੍ਰਿਸ਼ਨ ਕੁਮਾਰ ਦੀ ਰਿਪੋਰਟ।